ਕੋਰੋਨਾ ਵਾਇਰਸ ਤੋਂ ਖੁਦ ਨੂੰ ਬਚਾਉਣ ਅਤੇ ਇਸ ਨੂੰ ਫੈਲਣ ਤੋਂ ਰੋਕਣ ਦੇ ਲਈ ਅਸੀਂ ਕੁਝ ਆਸਾਨ ਕਦਮ ਚੁੱਕਦੇ ਹਾਂ। ਉਸੇ ਤਰ੍ਹਾਂ ਹੀ ਇਸ ਦੇ ਨਾਲ ਜੁੜੀਆਂ ਗਲਤ ਜਾਣਕਾਰੀਆਂ ਨੂੰ ਫੈਲਣ ਤੋਂ ਰੋਕਣਾ ਹੈ। ਇਸ ਬਿਮਾਰੀ ਦੀ ਮੂਲ ਗੱਲਾਂ ਦੇ ਬਾਰੇ ਵਿੱਚ ਖੁਦ ਨੂੰ ਸਿੱਖਿਅਤ ਕਰੋ। ਹਮੇਸ਼ਾ ਸੰਦੇਸ਼ ਦੇ ਸੂਤਰਾਂ ਦੀ ਜਾਂਚ ਕਰੋ ਅਤੇ WHO ਜਾਂ MOHFW ਵਰਗੇ ਭਰੋਸੇਮੰਦ ਸੂਤਰਾਂ ਉੱਤੇ ਹੀ ਯਕੀਨ ਕਰੋ। ਇਸ ਦੀ ਉਤਪਤੀ ਦੇ ਬਾਰੇ ਵਿੱਚ ਕੀਤੇ ਗਏ ਦਾਅਵੇ ਦੀ ਜਾਂਚ ਕਰੋ। ਸਾਜ਼ਿਸ਼ ਦੇ ਉੱਤੇ ਤੱਥਾਂ ਨੂੰ ਚੁਣੋ। ਮਹਾਮਾਰੀ ਦੇ ਨਾਲ ਸੰਬੰਧਿਤ ਤਸਵੀਰਾਂ ਅਤੇ ਵੀਡੀਓ ਦੀ ਪੁਸ਼ਟੀ ਕਰੋ। ਯਕੀਨੀ ਬਣਾਓ ਕਿ ਇਹ ਸੰਦਰਭ ਤੋਂ ਬਾਹਰ ਜਾਂ ਜਾਣ ਬੁੱਝ ਕੇ ਭਰਮ ਤਾਂ ਨਹੀਂ ਫੈਲਾ ਰਹੀਆਂ। ਤੁਹਾਡੇ ਸਾਹਮਣੇ ਆਉਣ ਵਾਲੇ ਡਾਟਾ ਅਤੇ ਅੰਕੜਿਆਂ ਉੱਤੇ ਸਵਾਲ ਚੁੱਕੋ। ਇਹਨਾਂ ਨੂੰ ਆਸਾਨੀ ਦੇ ਨਾਲ ਬਦਲਿਆ ਜਾ ਸਕਦਾ ਹੈ ਜਾਂ ਇਹ ਪੁਰਾਣੇ ਹੋ ਸਕਦੇ ਹਨ। COVID-19 ਦੇ ਖਤਰੇ ਨੂੰ ਘੱਟ ਕਰਨ ਜਾਂ ਵਧਾਉਣ ਦੀ ਕੋਸ਼ਿਸ਼ ਦੀ ਜਾਂਚ ਕਰੋ। ਇੱਕ ਸੰਤੁਲਿਤ ਦ੍ਰਿਸ਼ਟੀਕੋਣ ਇੱਕ ਪੱਖਪਾਤੀ ਤੋਂ ਹਮੇਸ਼ਾ ਬਿਹਤਰ ਹੁੰਦਾ ਹੈ। ਅਪ੍ਰਮਾਣਿਤ ਨਿਵਾਰਨ, ਉਪਚਾਰ ਅਤੇ ਇਲਾਜ ਨੂੰ ਸਾਂਝਾ ਕਰਨ ਤੋਂ ਬਚੋ। ਇਹ ਭਲਾ ਕਰਨ ਦੇ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ। ਸਵੀਕਾਰ ਕਰੋ ਕਿ ਇਸ ਵਾਇਰਸ ਦੇ ਬਾਰੇ ਕਾਫ਼ੀ ਚੀਜ਼ਾਂ ਹਾਲੇ ਗੁੰਮਨਾਮ ਹਨ। ਤਾਂ ਤੁਸੀਂ ਦੇਖਿਆ, ਕਾਫ਼ੀ ਆਸਾਨ ਹੈ ਆਪਣੇ ਹੱਥਾਂ ਨੂੰ ਫੇਕ ਨਿਊਜ਼ ਤੋਂ ਬਚਾਏ ਰੱਖਣਾ ਅਤੇ ਸੱਚ ਦੇ ਨਾਲ ਖੜੇ ਰਹਿਣਾ। ਸ਼ੱਕ ਹੋਣ 'ਤੇ ਹਮੇਸ਼ਾ ਯਾਦ ਰੱਖੋ newschecker.in ਨੂੰ। ਇਸ ਨੂੰ ਸਾਂਝਾ ਕਰਨ ਤੋਂ ਪਹਿਲਾਂ ਪ੍ਰਣ ਲਓ, ਮੈਂ ਹਾਂ ਨਿਊਜ਼ ਚੈਕਰ।